ਜਲੰਧਰ ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਘਟਨਾ ਗੁਰੂ ਅਮਰਦਾਸ ਨਗਰ ਦੀ ਹੈ ਜਿੱਥੇ ਰਾਤ ਕਰੀਬ 9:30 ਵਜੇ ਦੋ ਨੌਜਵਾਨ ਈਸ਼ੂ ਤੇ ਕਾਲੂ ਸੈਰ ਕਰ ਰਹੇ ਸੀ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 20 ਦੇ ਕਰੀਬ ਨੌਜਵਾਨਾਂ ਨੇ ਉਹਨਾਂ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਵਾਏ ਵੀ ਬੱਚੀਆਂ ਨੇ ਠੀਕ ਆ ਜੀ ਨਾਲ ਖੜੀ ਮੈਂ ਬਾਕੀ ਨਾਲ ਦੇ ਤੁਹਾਡੇ ਮੈਂ ਤਾਂ ਮੁੰਡਾ ਨਾਲ ਹੀ ਸੀਗੇ ਆਕਾਸ਼ ਉਹਨਾਂ ਨੇ ਮੇਰੇ ਵੀ ਕੰਡੀ ਮਾਰੇ ਉਹਦੇ ਵੀ ਮਾਰੇ। ਕੌਣ ਮੁੰਡੇ ਭਾਅ ਜੀ ਕਿੱਥੋਂ ਰਹਿਣ ਵਾਲੇ ਆ? ਹਾਂਜੀ ਇੱਥੇ ਦੇ ਆਪਣੇ ਕੋਈ ਰਜਿਸ਼ ਹੈਗੀ ਸੀ ਕੋਈ ਪੁਰਾਣੀ ਦੀ ਰਹੀ ਹੈ ਆਪਣਾ ਕਿੰਨੇ ਬੰਦੇ ਫਿੱਟ ਹੋਏ ਆਪਣੇ ਆਪਣੇ ਵੀ ਦੋ ਤੁਸੀਂ ਕਹਿੰਦੇ ਸੀ ਨਾ ਤੁਹਾਡਾ ਕੋਈ ਹੋਵੇ ਉਹਦਾ ਕੀ ਨਾਮ ਦੂਜੇ ਮੁੰਡੇ ਦਾ? ਆਕਾਸ਼। ਤੁਸੀਂ ਕਿੱਥੋਂ ਰਹਿਣ ਵਾਲੇ ਭਾਅ ਜੀ? ਭਾਈ ਕਾਲੇ ਹੁੰਦੇ ਅਤੇ ਜਿਹੜੇ ਮੁੰਡੇ ਆਏ ਆ ਜਿਹੜੇ ਜਿਹਨਾਂ ਨਾਲ ਹਮਲਾ ਕੀਤਾ ਉਹਨਾਂ ਦੀ ਕਿਸੇ ਹੋਰ ਨਾਲ ਰੰਜੀ ਸੀਗੀ? ਉਹਦੀ ਜਿੱਦਾਂ ਭਾਅ ਜੀ ਉਹ ਕਾਂ ਜਿਹਦੀ ਨਾਂ ਦੇ ਮੁੰਡੇ ਨਾ ਉਹਨੇ ਬੁਲਾਏ ਹੁੰਦੇ ਆ ਕਬੀਰ ਨਗਰ ਦੇ। ਤਾਂ ਪੁਲਿਸ ਕੰਪਲੇਂਟ ਲਿਖਾਈ ਤੁਸੀਂ? ਪੁਲਿਸ ਮੌਕੇ ਰਹੀ ਉੱਥੇ? ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਮੌਕੇ ਤੇ ਜਾਂਚ ਕੀਤੀ ਤਾਂ ਪੁਲਿਸ ਨੂੰ ਗੋਲੀਆਂ ਦੇ ਖੋਲ ਬਰਾਮਦ ਹੋਏ। ਜਿਹੜੇ ਮੁੰਡੇ ਹੁਣ ਜਿਸ ਤਰ੍ਹਾਂ ਖੜੇ ਜਿਹੜੇ ਇੰਜਰਡ ਹੈਗੇ ਐਕਚੁਲੀ ਟਸਲ ਕਿਸੇ ਹੋਰ ਦੀ ਸੀਗੇ ਉਹਨੇ ਸੋਚਿਆ ਕਿ ਸ਼ਾਇਦ ਇਹ ਮੁੰਡਾ ਮੁੰਡੇ ਨੇ ਨਾਲ ਜਿਹੜਾ ਹੈਗਾ ਉਹ ਨਾਲ ਹੈਗੇ ਬਟ ਉਨੀ ਹੋਇਆ ਇੰਸੀਡੈਂਟ ਹਾਲੇ ਕਲੀਅਰ ਜਾਂ ਨਹੀਂ ਹੋ ਰਿਹਾ ਅਤੇ ਜਿਹਨਾਂ ਦੀ ਕੀ ਲੜਾਈ ਹੈ। ਵੈਸੇ ਪਤਾ ਲੱਗਾ ਕਿ ਮੁੰਡਾ ਇੱਕ ਸੋਨੂ ਹੈ ਕੋਈ ਉਹਦੇ ਬਾਰੇ ਪਤਾ ਲੱਗਾ ਉਹਦੇ ਹੁਣ ਅਸੀਂ ਰੇਡ ਕਰਕੇ ਆਇਆ ਅਤੇ ਉਹ ਨਹੀਂ ਮਿਲਿਆ ਘਰ ਸਰ। ਹਵਾਈ ਫਾਇਰ ਵੀ ਉੱਥੇ ਪੱਕੇ ਦੇ ਵੀ ਪਤਾ ਲੱਗਾ ਕਿ ਹਵਾਈ ਫਾਇਰ ਸਰ ਕਿੰਨੇ ਕੁ ਬੰਦੇ ਆਏ ਸੀ ਕਿ ਫਾਇਰ ਕਿੰਨੇ ਕੁ ਹੋਏਗਾ ਉੱਥੇ? ਜਿਹੜੇ ਤਾਂ ਹੁਣ ਅਕੋਰਡਿੰਗਲੀ ਜਿਹੜੇ ਲੋਕਾਂ ਦੇ ਦੱਸਣ ਦੇ ਮੁਕਾਬਲੀ 4-5 ਬੰਦੇ ਸੀਗੇ ਮੋਟਰਸਾਈਕਲਾਂ ਦੇ ਸੀ ਆਏ ਅਤੇ ਉਹਦੇ ਫਿਰ ਅਕੋਰਡਿੰਗਲੀ ਸਾਰਾ ਦੇਖ ਕੇ ਨਾ ਅਸੀਂ ਸਰ ਇਹਨਾਂ ਦਾ ਕਹਿੰਦਾ 20-25 ਬੰਦੇ ਆਏ ਸੀਗੇ ਫਿਰ ਬਾਹਲ ਜ਼ਿਆਦਾ ਹੋਏ ਆ। ਕੌਣ? ਨਹੀਂ 20-25 ਬੰਦੇ ਨਹੀਂ ਆਏ ਜਿਹੜੇ ਮੋਟਰਸਾਈਕਲ ਜਿਹੜੇ ਪਤਾ ਲੱਗੇ 5-6 ਬੰਦੇ ਆਏ ਸੀਗੇ। ਖੋਲ ਕਿੰਨੇ ਬਰਾਮਦ ਹੋਏ? ਹਾਂਜੀ ਖੋਲ ਕਿੰਨੇ ਬਰਾਮਦ ਹੋਏ? ਖੋਲ ਨਾਲ ਦੇਖਦੇ ਪੈਂਦੇ ਦੇਖ ਕੇ ਮੁੰਡਾ ਕੀਤੇ ਪਾ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਘਟਨਾ ਨੇ ਸ਼ਹਿਰ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਪੁਲਿਸ ਦੇ ਕਾਰਗੁਜ਼ਾਰੀ ਤੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ। ਜਲੰਧਰ ਤੋਂ ਮਨਦੀਪ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।